ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਕਿੰਨੇ ਸਾਲ ਬਾਅਦ ਬੈਠ ਰਹੇ ਹੋ? ਡੇਢ ਸਾਲ ਬਾਅਦ। ਡੇਢ ਸਾਲ ਬਾਅਦ ਕਿੰਨੇ ਸਾਲ ਬਾਅਦ ਬੈਠ ਰਹੇ ਹੋ? ਦੋ ਸਾਲ ਬਾਅਦ। ਸ਼ਬਦਾਂ 'ਚ ਕਹਿਣਾ ਕਿੰਨਾ ਸੌਖਾ ਹੈ ਨਾ, ਡੇਢ ਸਾਲ ਦੋ ਸਾਲ ਜਰਾ ਦੋ ਦਿਨ ਤਿੰਨ ਦਿਨ ਪੈ ਕੇ ਦੇਖੋ ਕਿਆ ਹਾਲਾਤ ਹੋ ਜਾਂਦੇ। ਕੋਵਿਡ ਦਾ ਟਾਈਮ ਯਾਦ ਹੈ, ਲੋਕਡਾਊਨ ਦੇ ਵਿੱਚ ਰਹਿਣਾ ਪੈ ਗਿਆ ਸੀ, ਸਾਈਕੋਲੋਜੀਕਲ ਡਿਸਆਰਡਰ ਆਉਣੇ ਸ਼ੁਰੂ ਹੋ ਗਏ ਸੀਗੇ। ਭੈਣ ਜੀ ਕਿੱਦਾਂ ਲੱਗ ਰਿਹਾ, ਕੈਸਾ ਲੱਗ ਰਿਹਾ ਆਪਕੋ ਇਤਨੇ ਟਾਈਮ ਯੇ ਬਾਤ ਬੈਠ ਰਹੇ? ਜਬ ਆਪ ਆਏ ਥੇ ਗਹਿਰੇ ਗਹਿਰੇ, ਬਹੁਤ ਭਿਆਨਕ ਜ਼ਖਮ ਥੇ, 18 ਲੱਖ ਰੁਪਏ ਲਗਾ ਕੇ ਆਏ ਥੇ। 18 ਲੱਖ ਰੁਪਏ ਲਗਾ ਕੇ ਆਏ ਸੀ, ਕੋਈ ਛੋਟੀ ਗੱਲ ਨਹੀਂ ਹੈਗੀ। ਕੈਸਾ ਲੱਗ ਰਿਹਾ ਯਹਾਂ ਤੱਕ ਪਹੁੰਚ ਕੇ? ਬਹੁਤ ਅੱਛਾ ਲੱਗ ਰਿਹਾ। ਅਭੀ ਸਫ਼ਰ ਕਾ ਦੂਸਰਾ ਹਿੱਸਾ ਸ਼ੁਰੂ ਹੋਣਾ ਹੈ ਬੈਠਣੇ ਕੇ ਬਾਅਦ, ਠੀਕ ਹੈ ਜੀ। ਸੰਗਤ ਜੀ ਵੀਡੀਓ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ, ਕਿਉਂ? ਕਿਉਂਕਿ ਸਪਾਈਨਲ ਕੋਰਡ ਇੰਜਰਡ ਪੇਸ਼ੈਂਟ ਜਿਨ੍ਹਾਂ ਦੀ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਥੱਲੜੇ ਪਾਸੇ, ਨੀਚੇ ਵਾਲੇ ਹਿੱਸੇ ਸੁੰਨ ਹੋ ਜਾਂਦੇ ਹੈ, ਉਹਨਾਂ ਮਰੀਜ਼ਾਂ ਦੀ ਗੱਲ ਕਰ ਰਹੇ। ਬਹੁਤ ਜ਼ਰੂਰੀ ਸੇਵਾ ਹੈ, ਅੱਗੇ ਅੱਗੇ ਵੀਡੀਓ ਪਹੁੰਚਾਉਣੇ ਤੁਹਾਡੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸਪਾਈਨਲ ਕੋਰਡ ਐਕਟਿਵ ਵੀਲਚੇਅਰ ਹੈ, 18,000 ਰੁਪਏ ਦੀ ਵੀਲਚੇਅਰ ਹੈ, ਥੱਲੇ ਕੁਸ਼ਨ ਰੱਖਿਆ 23,000 ਰੁਪਏ ਦਾ। ਇਹ ਨਾਲ ਸੇਵਾ 'ਚ ਟੋਟਲ ਫਰੀ ਆਫ ਕੋਸਟ ਮਿਲਦੀ ਹੈ, ਟੋਟਲ ਫਰੀ ਆਫ ਕੋਸਟ। ਲੇਕਿਨ ਜੇ ਤੁਸੀਂ ਸੁਨੇਹੇ ਅੱਗੇ ਲਾਓਗੇ ਤਾਂ ਹੀ ਗੱਲ ਬਣੇਗੀ ਨਾ, ਤਾਂ ਹੀ ਜਿਨ੍ਹਾਂ ਨੂੰ ਲੋੜ ਹੈਗੀ ਉਹ ਪਹੁੰਚ ਸਕਣਗੇ ਸਾਡੇ ਤੱਕ। ਨਹੀਂ ਤਾਂ ਉਹ ਕਮਰਿਆਂ 'ਚ ਬੰਦ ਪਏ ਲਗਾਤਾਰ ਘੁੱਟ ਘੁੱਟ ਕੇ ਘਸੀੜ ਘਸੀੜ ਕੇ ਮਰ ਰਹੇ ਨੇ ਡਿਪਰੈਸ਼ਨ ਦੇ ਵਿੱਚ। ਇਹ ਐਲਮੀਨੀਅਮ ਬੇਸ ਵੀਲਚੇਅਰ ਹੁੰਦੀ ਹੈ 18,000 ਦੀ, ਕਿਉਂ ਆ ਲੋਕ ਬਹੁਤ ਸਾਰੇ ਪੁੱਛਦੇ ਹੈ। ਇਹਦਾ ਬਟਨ ਦੱਬੋਗੇ ਇਹ 'ਚ ਚੱਕਾ ਬਾਹਰ ਆ ਜਾਏਗਾ, ਇਹ ਲੀਵਰ ਦੱਬੋਗੇ ਪੈਰ ਬਾਹਰ ਆ ਜਾਣਗੇ, ਇਹ ਵਾਲਾ ਕਲਿੱਕ ਕਰੋਗੇ ਸਾਈਡ ਓਪਨ ਹੋ ਜਾਏਗੀ। ਜਿਵੇਂ ਮੇਰੇ ਪੈਰ ਜਾਂ ਮੇਰਾ ਪੱਗ ਮੇਰੀ ਸਰੀਰ ਦਾ ਹਿੱਸਾ ਹੈ ਨਾ, ਉੱਦਾਂ ਹੀ ਇਹ ਸਪਾਈਨਲ ਕੋਰਡ ਵੀਲਚੇਅਰ ਦੀ ਉਹਦੇ ਪੈਰ ਹੈ। ਇਹ ਕੋਈ ਲਗਜ਼ਰੀ ਨਹੀਂ ਹੈਗੀ, ਬਹੁਤ ਜ਼ਰੂਰੀ ਸੇਵਾ ਹੈ। ਦੂਜੀ ਗੱਲ ਕਰਾਂਗੇ ਨੌਸ਼ੀਨ ਭੈਣ ਜੀ, ਨੌਸ਼ੀਨ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਲਗਾਤਾਰ ਸੇਵਾ ਸਹਿਯੋਗ ਕੀਤਾ। ਖਾਨ ਯੂਪੀ ਤੋਂ ਆਇਆ ਸੀ, 18 ਲੱਖ ਰੁਪਏ ਲਗਾ ਕੇ ਆਇਆ ਸੀ, ਬਹੁਤ ਹੀ ਭਿਆਨਕ ਬੈੱਡ ਸੋਰ ਜ਼ਖਮਾਂ 'ਚ ਆਇਆ ਸੀ। ਕਿਤਨੇ ਬੈੱਡ ਸੋਰ ਆ ਜੀ? 7 ਬੈੱਡ ਸੋਰ ਥੇ, ਅਬ ਤੋ ਬਿਲਕੁਲ ਸਭ ਖਤਮ ਹੋ ਗਏ। 18 ਲੱਖ ਲਗਾ ਕੇ ਯਹਾਂ ਆਇਆ ਤਾਂ ਯਹਾਂ ਕਿਤਨੇ ਪੈਸੇ ਲਗੇ? ਯਹਾਂ ਜੀ ਇੱਕ ਪੈਸਾ ਨਹੀਂ ਲਗਾ, ਔਰ ਮਦਦ ਕੀ ਜਾ ਰਹੀ ਕੈਮਰੇ ਕਾ ਕੇ ਝੂਠ ਬੋਲ ਰਹੇ ਹੋ ਨਾ? ਨਹੀਂ ਨਹੀਂ ਜੀ, ਬਹੁਤ ਨਹੀਂ ਜੀ, ਝੂਠ ਕੀ ਕੋਈ ਬਾਤ ਨਹੀਂ ਜੀ। ਸਮਝ, ਪੈਸੇ ਤੋਂ ਲਗੇ ਹੋਣਗੇ ਜੀ? ਨਹੀਂ, 1 ਰੁਪਿਆ ਨਹੀਂ ਲਗਾ, 1 ਰੁਪਿਆ ਵੀ ਕੈਸਾ ਹੋ ਜੀ। ਸੰਗਤ ਜੀ ਸੱਚ ਕਹਿ ਰਿਹਾ, ਸੇਵਾ ਦੇ ਵਿੱਚ ਸੰਗਤ ਰੂਪ ਦੇ ਵਿੱਚ ਉਸ ਅਕਾਲ ਪੁਰਖ ਦੀ ਸੰਗਤ ਹੈ ਜਿਹੜੀ ਇਹ ਸੇਵਾ ਸਹਿਯੋਗ ਚਲਾਉਂਦੀ ਹੈ ਸਾਰੀ, ਟੋਟਲ ਫਰੀ ਆਫ ਕੋਸਟ, ਰਹਿਣਾ ਖਾਣਾ ਪੀਣਾ ਵੀਲਚੇਅਰ ਸਭ ਕੁਛ ਹੈ ਨਾ, ਟ੍ਰੀਟਮੈਂਟ ਐਂਬੂਲੈਂਸ ਸੇਵਾ ਸਾਰਾ ਕੁਛ, ਚਾਹੇ ਬਲੱਡ ਟੈਸਟ ਹੋਣਗੇ, ਹਰੇਕ ਸੇਵਾ ਸੰਗਤ ਵੱਲੋਂ ਸਪੋਂਸਰ ਕੀਤੀ ਜਾਂਦੀ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਜੋ ਕਿ ਇਹਨਾਂ ਦੇ ਸੇਵਾ ਦੇ ਵਿੱਚ ਸਹਿਯੋਗ ਕਰਦੇ ਹੋ, ਔਰ ਸਹਿਯੋਗ ਕਰਦੇ ਹੋ ਵੀਡੀਓਜ਼ ਨੂੰ ਸ਼ੇਅਰ ਕਰਕੇ ਇਹਨਾਂ ਤੱਕ ਵੀਡੀਓ ਪਹੁੰਚਾਉਣ ਦਾ। ਆਪਨੇ ਵੀ ਇੱਕ ਵੀਡੀਓ ਦੇਖਿਆ ਤਾਂ ਇਸ ਤਰ੍ਹਾਂ ਕੋਈ? ਜੀ ਜੀ, ਇੱਕ ਵੀਡੀਓ ਦੇਖਿਆ, ਆਪਨੇ ਵੀ ਵੀਡੀਓ ਦੇਖਿਆ ਤਾਂ। ਸੋ ਇਸ ਤਰੀਕੇ ਨਾਲ ਤੁਸੀਂ ਵੀਡੀਓ ਪਹੁੰਚਾਏ ਹੋ ਤਾਂ ਹੀ ਇਹ ਸੇਵਾ ਹੋ ਪਾਈ ਹੈ, ਤਾਂ ਹੀ ਇਹਨਾਂ ਦੀ ਜਾਨ ਬਚ ਪਾਈ ਹੈ। ਸਿਰਫ ਇਹਨਾਂ ਦੀ ਜ਼ਿੰਦਗੀ ਨਹੀਂ ਬਚੀ, ਇਹ ਪੂਰੇ ਪਰਿਵਾਰ ਦੀ ਜ਼ਿੰਦਗੀ ਬਚਦੀ ਹੈ, ਬੱਚੇ ਨੇ ਅੱਗੇ, ਬੀਵੀ ਨੇ, ਮਾਂ ਬਾਪ ਹੁੰਦੇ ਨੇ, ਹੈ ਨਾ, ਪੂਰਾ ਇੱਕ ਫੈਮਲੀ ਦਾ ਇਕੋਸਿਸਟਮ ਸੇਵ ਹੋਇਆ। ਸੋ ਬਹੁਤ ਬਹੁਤ ਸਹਿਯੋਗ ਹੈ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈ। ਕੁਝ ਬੋਲਣਾ ਚਾਹੋਗੇ ਜੋ ਲੋਕ ਸੇਵਾ ਮੇ ਸਹਿਯੋਗ ਕਰਤੇ ਹੈ, ਜੋ ਦੀਦੀ ਆਏ ਥੇ ਨੌਸ਼ੀਨ ਉਨਕੇ ਲੀਏ? ਜੀ ਜੀ, ਉਨਕਾ ਬਹੁਤ ਬਹੁਤ ਧੰਨਵਾਦ ਹੈ ਦੀਦੀ ਕਾ ਜੀ, ਹਮਾਰੇ ਲੀਏ ਬਹੁਤ ਅੱਛੇ 5,000 ਰੁਪਏ ਦੇ ਗਏ ਜੀ, ਬਹੁਤ ਜੀ, ਸ਼ੁਕਰ ਸ਼ੁਕਰ। ਯੋ ਵੀਲ ਸ਼ੇਅਰ ਵੀ ਬਹੁਤ ਬਿਹਤਰ ਤਰੀਕੇ ਸੇ ਮਹਾਂ ਸੇਵਾ ਹੋ ਰਹੀ ਹੈ ਜੀ, ਕੋਈ ਐਸੀ ਬਾਤ ਨਹੀਂ। ਸਿਰਫ ਵੀਡੀਓ ਕੋ ਸ਼ੇਅਰ ਕਰੋ ਜੀ, ਜੈਸੇ ਹਮ ਲੋਕ ਹੈ ਜੀ, ਹਮਾਰੇ ਤਰੀਕੇ ਸੇ ਦੂਸਰੋ ਕੀ ਜਾਨ ਬਚ ਜਾਵੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਆਪਕਾ, ਬਹੁਤ ਬਹੁਤ। ਕੀ ਹਾਲ ਚਾਲ ਹੈ ਭਗਵੰਤ ਸਿੰਘ? ਭਗਵੰਤ ਸਿੰਘ ਕਪੂਰਥਲੇ ਤੋਂ ਸੀਗਾ, ਯੂਪੀ ਤੋਂ ਆਏ ਸੀਗੇ। ਸੋ ਇਸ ਤਰੀਕੇ ਨਾਲ ਆਲ ਓਵਰ ਇੰਡੀਆ ਤੋਂ ਪੇਸ਼ੈਂਟ ਆ ਰਹੇ ਔਰ ਜ਼ਿੰਦਗੀਆਂ ਬਚਾਉਣ ਦੇ ਵਿੱਚ ਡਾਇਰੈਕਟਲੀ ਸਹਿਯੋਗ ਹੋ ਰਿਹਾ। ਭਗਵੰਤ ਇੱਥੇ ਤੱਕ ਪਹੁੰਚ ਗਿਆ, ਇਸ ਤੋਂ ਬਾਅਦ ਦਾ ਸਫ਼ਰ ਹੌਲੀ ਹੌਲੀ ਸ਼ੁਰੂ ਹੋਏਗਾ, ਹੈ ਨਾ। ਸੋ ਠੀਕ ਹੈ ਜੀ, ਵੀਡੀਓ ਸ਼ੇਅਰ ਕਰਦੇ ਰਹੋ, ਫਤਿਹ ਦੀ ਸਾਂਝ ਨਾਲ ਵੀਡੀਓ ਕਲੋਜ਼ ਕਰਾਂਗੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।